ਚੰਡੀਗੜ੍ਹ ਦੇ ਇਲਾਂਟੇ ਮਾਲ ਦੇ ਵਿੱਚ ਵੱਡੀ ਲੁੱਟ। 11 ਲੱਖ ਰੁਪਏ ਲੈ ਕੇ ਫਰਾਰ ਹੋਏ ਲੁਟੇਰੇ। ਲੁੱਟ ਦੀ ਵਾਰਦਾਤ ਦੀਆਂ ਇਹ ਤਸਵੀਰਾਂ ਚੰਡੀਗੜ੍ਹ ਦੇ ਮਸ਼ਹੂਰ ਮਾਲ ਇਲਾਂਟੇ ਮਾਲ ਦੀਆਂ ਨੇ, ਜਿਸ ਵਿੱਚ ਲੁਟੇਰਿਆਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤੇ 11 ਲੱਖ ਰੁਪਏ ਲੁੱਟ ਕੇ ਫਰਾਰ ਹੋਏ ਨੇ ਲੁਟੇਰੇ। ਦੱਸਿਆ ਜਾ ਰਿਹਾ ਹੈ ਕਿ ਇੱਕ ਲੜਕੀ ਜੋ ਪਹਿਲਾਂ ਹੀ ਇਸ ਇਲਾਂਟੇ ਮਾਲ ਦੇ ਵਿੱਚ ਕੰਮ ਕਰਦੀ ਸੀ, ਉਸੇ ਦੇ ਵੱਲੋਂ ਹੀ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਲੁੱਟ ਦਾ ਪਲਾਨ ਬਣਾਇਆ ਗਿਆ ਤੇ ਫਿਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਹ ਸੀਸੀਟੀਵੀ ਤਸਵੀਰਾਂ ਉਸ ਵੇਲੇ ਦੀਆਂ ਨੇ ਜਦੋਂ ਇੱਥੇ ਲਿਫਟ ਦੇ ਵਿੱਚ ਇਸ ਕੈਸ਼ੀਅਰ ਨੂੰ ਲੁੱਟਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਬਾਹਰ ਕਾਰ ਦੇ ਵਿੱਚ ਇੰਤਜ਼ਾਰ ਕਰ ਰਹੀ ਸੀ ਅਤੇ ਇੱਕ ਲੁਟੇਰਾ ਜੋ ਲਿਫਟ ਦੇ ਅੰਦਰ ਸੀ ਤੇ ਦੂਸਰਾ ਲਿਫਟ ਦੇ ਬਾਹਰ ਲਿਫਟ ਦੇ ਰੁਕਣ ਦਾ ਇੰਤਜ਼ਾਰ ਕਰ ਰਿਹਾ ਸੀ। ਜਿਵੇਂ ਹੀ ਇੱਕ ਕੈਸ਼ੀਅਰ ਆਪਣੇ ਪੈਸਿਆਂ ਵਾਲਾ ਬੈਗ ਲੈ ਕੇ ਲਿਫਟ ਦੇ ਵਿੱਚ ਸਵਾਰ ਹੁੰਦਾ ਹੈ ਤਾਂ ਨਾਲ ਹੀ ਲੁਟੇਰਾ ਵੀ ਲਿਫਟ ਵਿੱਚ ਚੜ ਜਾਂਦਾ ਹੈ। ਲਿਫਟ ਦੇ ਅੰਦਰ ਹੀ ਉਸਦੀ ਅੱਖਾਂ 'ਚ ਸਪਰੇ ਪਾ ਕੇ ਉਸਦਾ ਬੈਗ ਲੁੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਜਦੋਂ ਜਦ ਲਿਫਟ ਰੁਕਣ ਤੋਂ ਬਾਅਦ ਵੀ ਚੱਲਦੀ ਹੈ। ਜਦੋਂ ਇਹ ਲਿਫਟ ਵਿੱਚੋਂ ਨਿਕਲ ਕੇ ਬਾਹਰ ਆਉਂਦਾ ਹੈ ਤਾਂ ਫਿਰ ਦੂਸਰਾ ਸਾਥੀ ਵੀ ਉਸਦਾ ਬੈਗ ਖੋਹਣ ਦੀ ਕੋਸ਼ਿਸ਼ ਕਰਦਾ ਹੈ। ਇਹ ਦੋਵੇਂ ਲੁਟੇਰੇ ਮਿਲ ਕੇ ਉਸਦਾ ਬੈਗ ਖੋਹਦੇ ਨੇ, ਲੁੱਟਦੇ ਨੇ ਤੇ ਫਰਾਰ ਹੋ ਜਾਂਦੇ ਨੇ। ਤਸਵੀਰਾਂ ਵਿੱਚ ਵੀ ਦੇਖਿਆ ਗਿਆ ਹੈ ਕਿ ਇੱਕ ਲੁਟੇਰਾ ਜੋ ਬਾਹਰ ਵੱਲ ਭੱਜਦਾ ਹੈ ਤੇ ਦੂਸਰਾ ਵਾਪਸ ਲਿਫਟ ਵਿੱਚ ਚਲਾ ਜਾਂਦਾ ਹੈ, ਜਿਸ ਨੂੰ ਉਸੇ ਵੇਲੇ ਹੀ ਕਾਬੂ ਕਰ ਲਿਆ ਜਾਂਦਾ ਹੈ। ਜਦਕਿ ਦੋ ਹੋਰ ਲੁਟੇਰੇ ਜਿਨ੍ਹਾਂ ਵਿੱਚ ਇੱਕ ਲੜਕੀ ਵੀ ਹੈ, ਉਹਨਾਂ ਨੂੰ ਪੁਲਿਸ ਦੇ ਵੱਲੋਂ ਬਾਅਦ ਵਿੱਚ ਗ੍ਰਿਫਤਾਰ ਕੀਤਾ ਜਾਂਦਾ ਹੈ। ਪੁਲਿਸ ਦੇ ਵੱਲੋਂ ਤਿੰਨਾਂ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਲੁੱਟਿਆ ਹੋਇਆ ਪੈਸਾ ਵੀ ਰਿਕਵਰ ਕਰ ਲਿਆ ਗਿਆ ਹੈ। ਪਰ ਵੱਡੀ ਗੱਲ ਹੈ ਕਿ ਦਿਨ ਦਿਹਾੜੇ ਇਸ ਮਾਲ ਦੇ ਵਿੱਚ ਦਾਖਲ ਹੋ ਕੇ ਕੈਸ਼ੀਅਰ ਦੇ ਨਾਲ ਲੁੱਟ ਕਰਨਾ ਇੱਕ ਵੱਡੀ ਚੁਣੌਤੀ ਹੈ। ਹਾਲਾਂਕਿ ਇਸ ਮਾਲ ਦੇ ਅੰਦਰ ਕਾਫੀ ਥਾਵਾਂ ਤੇ ਸਿਕਿਉਰਿਟੀ ਗਾਰਡ ਮੌਜੂਦ ਰਹਿੰਦੇ ਨੇ, ਪਰ ਲੁਟੇਰਿਆਂ ਦੇ ਵੱਲੋਂ ਲਿਫਟ ਦਾ ਸਹਾਰਾ ਲਿਆ ਗਿਆ ਕਿਉਂਕਿ ਲਿਫਟ ਦੇ ਵਿੱਚ ਕੈਮਰੇ ਨਹੀਂ ਲੱਗੇ ਹੁੰਦੇ। ਇਸੇ ਲਈ ਲਿਫਟ ਦੇ ਵਿੱਚ ਹੀ ਇਸ ਕੈਸ਼ੀਅਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ, ਜੋ ਕਿ ਨਾਕਾਮ ਰਹੀ। ਲੁਟੇਰੇ ਪੈਸੇ ਤਾਂ ਲੈ ਗਏ ਸਨ, ਪਰ ਪੁਲਿਸ ਦੇ ਵੱਲੋਂ ਜਲਦ ਹੀ ਉਹਨਾਂ ਨੂੰ ਕਾਬੂ ਵੀ ਕਰ ਲਿਆ ਗਿਆ ਹੈ।